ਦੋਸਤੋ ਅਗਲੀ ਖਬਰ ਵੈਨਕੂਵਰ ਤੋਂ ਆ। ਅਸਲ 'ਚ ਖਬਰ ਵੈਨਕੂਵਰ ਤੋਂ ਨਹੀਂ, ਸਾਡਾ ਸਾਰਿਆਂ ਦਾ ਹੀ ਕੈਨੇਡਾ ਵਿੱਚ ਰਹਿਣ ਵਾਲਿਆਂ ਦਾ ਧਿਆਨ ਮੰਗਦੀ ਆ। ਬਹੁਤ ਸਾਰੀਆਂ ਫੋਨ ਕਾਲਸ, ਬਹੁਤ ਕੁਛ ਤੁਹਾਡਾ ਟੈਕਸ ਨਾਲ ਰਿਲੇਟਡ, ਬਹੁਤ ਕੁਛ ਬੈਂਕ ਦੀਆਂ ਸਟੇਟਮੈਂਟਸ ਨਾਲ ਰਿਲੇਟਡ ਤੁਹਾਨੂੰ ਫੋਨ ਕਾਲਸ ਆਉਂਦੀਆਂ, ਜਿਹੜੇ ਕਿ ਸਕੈਮ ਹੁੰਦੇ ਆ। ਉਹਦੇ ਵਿੱਚ ਉਹ ਤੁਹਾਨੂੰ ਗੱਲਾਂ ਕਰਦੇ ਕਰਦੇ ਫਸਾ ਲੈਂਦੇ ਆ, ਅਤੇ ਉਹਦੇ ਤੋਂ ਬਾਅਦ ਤੁਸੀਂ ਕੋਈ ਨਾ ਕੋਈ ਪੇਮੈਂਟ ਕਰ ਦਿੰਦੇ ਆ ਜਾਂ ਕੋਈ ਵੀ ਆਪਣਾ ਜਿਹੜਾ ਪਾਸਵਰਡ ਆ ਜਾਂ ਡਿਟੇਲ ਦੇ ਦਿੰਦੇ ਆ, ਤਾਂ ਉਹ ਸ਼ੋਅ ਤੁਹਾਨੂੰ ਇੱਦਾਂ ਕਰਦੇ ਆ ਵੀ ਅਸੀਂ ਇਹ ਕਾਲ ਜਿਹੜੀ ਬੈਂਕ ਤੋਂ ਕਰ ਰਹੇ ਹਾਂ, ਫਲਾਣੀ ਬੈਂਕ ਤੋਂ ਕਾਲ ਆਈ ਆ ਜਾਂ ਸਾਡੀ CRA ਤੋਂ ਕਾਲ ਆਈ ਆ। ਵਾਰ ਵਾਰ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਵੀ ਇੱਦਾਂ ਦੀਆਂ ਸਾਰੀਆਂ ਕਾਲਜ਼ ਨੂੰ ਜਵਾਬ ਨਾ ਦਿਓ, ਇਹ ਧੋਖੇਬਾਜ਼ ਨੇ, ਠੱਗ ਨੇ, ਤੁਹਾਡੇ ਕੋਲੋਂ ਬਹੁਤ ਸਾਰੇ ਪੈਸੇ ਠੱਗ ਲੈਂਦੇ ਆ। ਔਰ ਇਹ ਵਾਰ ਵਾਰ ਇਹ ਅਪੀਲ ਕਰਨ ਦੇ ਜਾਂ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਦੀਆਂ ਗੱਲਾਂ ਇੰਨੀਆਂ ਚੰਗੀਆਂ ਹੁੰਦੀਆਂ ਆ, ਇਹ ਸੁਣਨ ਨੂੰ ਇੰਨੀਆਂ ਚੰਗੀਆਂ ਲੱਗਦੀਆਂ ਕਿ ਤੁਸੀਂ ਉਹਨਾਂ ਦੇ ਅੜਿੱਕੇ ਆ ਜਾਂਦੇ ਹੋ ਅਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਹੋ ਪਤਾ ਹੋਣ ਦੇ ਬਾਵਜੂਦ ਵੀ। ਬਹੁਤ ਸਾਰੀਆਂ ਕਮਿਊਨਿਟੀ ਦੇ ਵਿੱਚ ਖਬਰਾਂ ਆਈਆਂ ਜਿੱਥੇ ਉਹਨਾਂ ਨੇ ਫੋਨ ਕੀਤਾ ਕਿ ਇੰਨੇ ਪੈਸੇ ਸਾਡੇ ਅਕਾਊਂਟ ਦੇ ਵਿੱਚ ਜਾ ਕੇ ਜਮ੍ਹਾਂ ਕਰਾ ਕੇ ਆਓ, ਚੰਗੇ ਭਲੇ ਲੋਕ ਜਿਹੜੇ ਆ ਉਹ ਫਿਰ ਫੋਨ ਹੋਲਡ ਕਰਕੇ ਉੱਥੇ ਜਾ ਕੇ ਇੰਨੇ ਇੰਨੇ ਪੈਸੇ ਉਹਨਾਂ ਦੇ ਅਕਾਊਂਟ ਦੇ ਵਿੱਚ ਜਾ ਕੇ ਬੈਂਕ 'ਚ ਪਾ ਕੇ ਆਏ। ਡਰ ਦਿੱਤਾ ਜਾਂਦਾ ਵੀ ਜੇ ਤੁਸੀਂ ਇੱਦਾਂ ਨਾ ਕੀਤਾ ਤਾਂ ਪੁਲਿਸ ਆ ਜਾਣੀ ਆ, ਤੁਹਾਡੇ ਟੈਕਸ ਰਹਿੰਦਾ ਆ, ਤੁਹਾਡਾ ਹੋਰ ਕੋਈ ਬੈਲੈਂਸ ਰਹਿੰਦਾ ਹੈ, ਤੁਸੀਂ ਜਾ ਕੇ ਕੰਮ ਕਰਕੇ ਆਓ। ਇਸ ਮਾਮਲੇ ਦੇ ਵਿੱਚ ਇੱਕ ਨਵਾਂ ਕੇਸ ਸਾਹਮਣੇ ਆਇਆ ਵੈਨਕੂਵਰ ਦੇ ਵਿੱਚ। ਇੱਕ ਬਜ਼ੁਰਗ ਔਰਤ, ਉਹਨੂੰ ਇਸ ਤਰ੍ਹਾਂ ਗੱਲਾਂ ਦੇ ਵਿੱਚ ਵਰਗਲਾ ਲਿਆ ਕਿਸੇ ਨੇ ਕਿ ਉਹ $20,000 ਉਹਨੇ UK ਨੂੰ ਜਿਹੜਾ ਭੇਜ ਦਿੱਤਾ, ਅਤੇ ਬਾਅਦ ਦੇ ਵਿੱਚ ਉਹਨੂੰ ਰੋਕ ਲਿਆ ਗਿਆ, ਫੜ ਲਿਆ ਗਿਆ, ਉਹ ਰਿਕਵਰ ਕਰ ਲਿਆ ਗਿਆ। 96 ਸਾਲ ਮਾਤਾ ਦੀ ਉਮਰ ਦੱਸਦੇ ਆ, ਅਤੇ ਉਹਨੂੰ ਫੋਨ ਦੇ ਉੱਤੇ ਕਿਸੇ ਨੇ ਕੰਟੈਕਟ ਕੀਤਾ ਅਤੇ ਕੰਟੈਕਟ ਕਰਕੇ ਹੌਲੀ ਹੌਲੀ ਕਨਵਿੰਸ ਕਰ ਲਿਆ ਕਿ ਤੂੰ ਜਿਹੜੇ 20,000 ਦੇ ਨੋਟ ਆ ਇਹਨਾਂ ਨੂੰ ਲੁਕਾ ਕੇ 2 ਕਿਤਾਬਾਂ ਦੇ ਵਿੱਚ ਪਾ ਕੇ UK ਦੇ ਇੱਕ ਐਡਰੈਸ ਦੇ ਉੱਤੇ ਭੇਜ ਦੇ। ਅਤੇ ਉਹ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਉਹਦੇ ਇੱਕ ਰਿਸ਼ਤੇਦਾਰ ਨੇ, ਉਹਦੇ ਅਸਲ 'ਚ ਨੈਫਿਊ ਨੂੰ ਜਦੋਂ ਇਹ ਪਤਾ ਲੱਗਿਆ ਵੀ ਇਹ ਕੁਛ ਹੋਣ ਲੱਗਿਆ, ਅਤੇ ਉਹਨੇ ਪੁਲਿਸ ਨਾਲ ਸੰਪਰਕ ਕੀਤਾ। ਬਾਅਦ ਦੇ ਵਿੱਚ ਅਜੀਬ ਕੇਸ ਸਾਹਮਣੇ ਆਇਆ ਕਿ UK ਨੂੰ ਉਹ ਔਰਤ $20,000 ਕਿਤਾਬਾਂ ਦੇ ਵਿੱਚ ਪਾ ਕੇ ਭੇਜ ਰਹੀ ਸੀ। ਇੱਕ ਨਹੀਂ, ਕਈ ਇੱਦਾਂ ਦੇ ਫਰੋਡ ਆਉਂਦੇ ਆ। ਸੋ ਕੈਸ਼, ਔਰ ਇਹ ਤੁਸੀਂ ਸੋਚ ਸਕਦੇ ਹੋ ਕਿ ਜਦੋਂ ਸਾਨੂੰ ਇੱਦਾਂ ਦੀ ਕੋਈ ਖਬਰ ਮਿਲਦੀ ਆ ਤਾਂ ਸਾਡੇ ਧਿਆਨ ਦੇ ਵਿੱਚ ਸਿੱਧੀ ਗੱਲ ਆਉਂਦੀ ਹੈ ਵੀ ਇੱਦਾਂ ਕਿਉਂ ਕੀਤਾ, ਇੱਦਾਂ ਵੀ ਕੋਈ ਕਰਦਾ ਹੁੰਦਾ, ਇੱਦਾਂ ਨਹੀਂ ਕਰਨਾ ਚਾਹੀਦਾ ਸੀ ਉੱਥੇ। ਪਰ ਇਹ ਤੁਸੀਂ ਇਹ ਦੇਖ ਲਓ ਕਿ ਉਹਨਾਂ ਦੀਆਂ ਗੱਲਾਂ ਕਿੰਨੀਆਂ ਕਨਵਿੰਸਿੰਗ ਆ ਕਿ ਤੁਹਾਨੂੰ ਉਹ ਕਨਵਿੰਸ ਕਰ ਲੈਂਦੇ ਆ। ਲੰਡਨ ਦੇ ਵਿੱਚ ਕੈਨੇਡੀਅਨ ਅੰਬੈਸੀ ਦੇ ਨਾਲ ਵੀ ਇਸ ਮਾਮਲੇ ਦੇ ਵਿੱਚ ਸੰਪਰਕ ਕੀਤਾ ਗਿਆ, ਅਤੇ ਉਸ ਔਰਤ ਦਾ $20,000 ਜਿਹੜਾ ਡਾਲਰ ਸੀ ਉਹ ਵਾਪਸ ਆ ਗਿਆ, ਉਹਨੂੰ ਮਿਲ ਗਿਆ। ਅੱਜ ਕੱਲ੍ਹ ਇਹ ਟੈਕਸ ਭਰਨ ਦੀ ਅੱਜ ਆਖਰੀ ਜਿਹੜੀ ਤਰੀਕ ਆ, ਇਹਦੇ ਤੋਂ ਬਾਅਦ ਕਈ ਤੁਹਾਨੂੰ ਜਿਹੜੀਆਂ ਤੁਸੀਂ ਉਹ ਕਰਦੇ ਆ ਉਹਦੀਆਂ ਕਾਲਸ ਆਉਣੀਆਂ ਕਿ ਇੰਨਾ ਟੈਕਸ ਰਹਿੰਦਾ, ਇੰਨਾ ਟੈਕਸ ਰਹਿੰਦਾ। ਉਸ ਮਾਮਲੇ ਦੇ ਵਿੱਚ ਵੀ ਜਿਹੜੇ ਫਰੋਡ ਕਰਨ ਵਾਲੇ ਇਹਨਾਂ ਤੋਂ ਬਚੋ। ਕੋਈ ਵੀ ਇੱਦਾਂ ਦੀ ਕੋਈ ਗੱਲਬਾਤ ਤੁਹਾਨੂੰ ਮਿਲਦੀ ਆ ਕੋਈ ਇੱਦਾਂ ਦੀ, ਤਾਂ ਤੁਸੀਂ 604-717-3321 ਇਹ ਵੈਨਕੂਵਰ ਪੁਲਿਸ ਦਾ ਨੰਬਰ ਆ, 604-717-3321 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਤਾਂ ਕਿ ਇੱਦਾਂ ਦੇ ਸਕੈਮਰਾਂ ਤੋਂ ਬਚਿਆ ਜਾ ਸਕੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।